ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਨੌਜਵਾਨਾਂ ਤੇ ਤਸ਼ੱਦਦ ਕਰਨ ਵਾਲੇ ASI ਤੇ ਪਰਚਾ ਦਰਜ। ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਨੌਜਵਾਨਾਂ ਉੱਪਰ ਤਸ਼ੱਦਦ ਕਰਨ ਦੇ ਦੋਸ਼ 'ਚ ਸਨੌਰ ਥਾਣਾ 'ਚ ਤੈਨਾਤ ASI ਨਰਿੰਦਰ ਸਿੰਘ ਵਿਰੁੱਧ ਪਰਚਾ ਦਰਜ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ 7 ਨੌਜਵਾਨ ਰਾਤ ਨੂੰ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਨਾਕੇ ਉੱਪਰ ASI ਨਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਰੋਕ ਲਿਆ। ਕਥਿਤ ਤੌਰ ਤੇ ਨਰਿੰਦਰ ਸਿੰਘ ਅਤੇ ਉਸ ਦੇ ਸਾਥੀ ਪੁਲਿਸ ਵਾਲਿਆਂ ਨੇ ਸ਼ਰਾਬ ਪੀਤੀ ਹੋਈ ਸੀ। ਅਸੀਂ ਰਾਤੀ ਦੁਖਨਿਵਾਰਨ ਸਾਹਿਬ ਜਾ ਰਹੇ ਸੀ ਜੀ, ਪੰਪ 'ਤੇ ਹਵਾ ਭਰੀ ਜੀ। ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਰਾਤੀ, ਅਤੇ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਡਰਿੰਕ ਕੀਤੀ ਹੋਈ ਗਾਲ ਨਾ ਕੱਢੋ, ਉਹ ਕਹਿੰਦੇ ਇਸ ਤਾਂ ਕੱਢਾਂਗੇ ਗਾਲ। ਫਿਰ ਉਹਨਾਂ ਨੇ ਉਸ ਤੋਂ ਬਾਅਦ ਨਾਲੇ ਮੇਰੇ ਮੁੱਕਾ ਮਾਰਿਆ, ਉਹ ਜਿਹੜਾ ਅਮਰਦੀਪ ਅੰਦਰ ਐਡਮਿਟ ਹੈ ਉਹਦੀ ਕਮੀਜ਼ ਫਾੜਤੀ। ਨੌਜਵਾਨਾਂ ਨਾਲ ਤਕਰਾਰ ਹੋਣ ਤੋਂ ਬਾਅਦ ਉਹਨਾਂ ਨੂੰ ਫੜ ਕੇ ਥਾਣਾ ਸਨੌਰ ਵਿੱਚ ਲਿਜਾਇਆ ਗਿਆ, ਜਿੱਥੇ ਉਹਨਾਂ ਉੱਪਰ ਅਣਮਨੁੱਖੀ ਤਸੀਹੇ ਦੇ ਕੇ ਤਸ਼ੱਦਦ ਕੀਤਾ ਗਿਆ। ਇਹ ਖਬਰ ਮੀਡੀਆ 'ਚ ਵਾਇਰਲ ਹੋਣ ਤੋਂ ਬਾਅਦ SSP ਪਟਿਆਲਾ ਦੇ ਆਦੇਸ਼ ਅਨੁਸਾਰ ASI ਨਰਿੰਦਰ ਸਿੰਘ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। DSP ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਨੇ ਚੈਨਲ ਆਈ ਪੰਜਾਬ ਨਾਲ ਗੱਲਬਾਤ ਕਰਦਿਆਂ ਕਿਹਾ ਕਿ ASI ਨਰਿੰਦਰ ਸਿੰਘ ਵਿਰੁੱਧ IPC ਦੀ ਧਾਰਾ 342 ਨਜਾਇਜ਼ ਹਿਰਾਸਤ 'ਚ ਰੱਖਣ ਦੇ ਦੋਸ਼ ਅਤੇ 323 ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਹੈਲੋ DSP ਸਾਹਿਬ, ਸਤਿ ਸ਼੍ਰੀ ਅਕਾਲ। ਜੀ ਕੁਲਵੰਤ ਸਿੰਘ ਗੱਗੜਪੁਰੀ ਬੋਲ ਰਿਹਾ ਜੀ, ਆਈ ਪੰਜਾਬ ਚੈਨਲ ਤੋਂ। ਹਾਂਜੀ ਹਾਂਜੀ ਸਰ, ਮੈਂ ਉਹ ਅਪਡੇਟ ਲੈਣੀ ਸੀ, ਸਨੌਰ ਕੋਈ ਕਾਰਵਾਈ ਹੋਈ ਹੈ ਜੀ ਪੁਲਿਸ ਵਾਲਿਆਂ ਤੇ? ਉਹ ਕੇਸ ਰਜਿਸਟਰ ਕੀਤਾ ਗਿਆ, ਉਹ ਜਿਹੜਾ ASI ਆ ਉਹਦੇ ਖਿਲਾਫ। ASI ਨਰਿੰਦਰ ਸਿੰਘ ਜੀ? ਹਾਂਜੀ ਹਾਂਜੀ ਤੇ ਕਿਹੜੀ ਮਤਲਬ ਧਾਰਾ ਪੂਰਾ ਕੋਈ? ਉਹਨੇ ਜਿਵੇਂ ਇਲੀਗਲ ਕਸਟਡੀ ਬਣਦੀ ਆ 342 IPC ਹੈ ਨਾ, 342 IPC। ਹਾਂ, ਤੇ ਜਿਹੜਾ ਕੁੱਟਮਾਰ ਵਾਲੀ ਗੱਲ ਆ 323 323। ਹਾਂਜੀ ਹਾਂਜੀ ਇਹ ਦੋਨੋਂ ਧਾਰਾ ਦਿੱਤਾ। ਜਿਹੜੀ 342 ਕਸਟਡੀ ਦੇ ਵਿੱਚ? ਠੀਕ ਹੈ ਸਰ, ਥੈਂਕ ਯੂ ਸਰ। DSP ਨੇ ਦੱਸਿਆ ਕਿ ਇਸ ਮਸਲੇ ਦੀ ਜਾਂਚ ਚੱਲ ਰਹੀ ਹੈ ਅਤੇ ਅਗਲੀ ਕਾਰਵਾਈ ਜਾਂਚ ਤੋਂ ਬਾਅਦ ਕੀਤੀ ਜਾਵੇਗੀ। ਸਨੌਰ ਤੋਂ ਰਜਿੰਦਰ ਸਿੰਘ ਮੌਜੀ ਦੀ ਰਿਪੋਰਟ।